ਚੱਲ ਜੇ ਮੁੰਡਾ ਸੌਂ ਗਿਆ ਆ ਤੇ ਇਹਨੂੰ ਲੰਮੇ ਪਾ ਆ ਤੇ ਨਾਲੇ ਆ ਸਾਂਭ ਸਾਰਾ ਸਮਾਨ ਹੁਣ। ਉਹ ਤੂੰ ਫਿਰ ਮੂੰਹ ਬਣਾ ਕੇ ਬਹਿ ਗਈ ਆ, ਵੇਖ ਕਿੰਨੇ ਸੋਹਣੇ ਸੋਹਣੇ ਗਿਫਟ ਦੇ ਕੇ ਗਏ ਆ ਸਾਰੇ, ਸਾਂਭ ਲਾ ਇਹਨਾਂ ਨੂੰ ਟਾਈਮ ਨਾਲ ਹੀ। ਵਿੱਕੀ ਕੀ ਵੇਖਾਂ ਇਹਨਾਂ ਗਿਫਟਾਂ ਨੂੰ, ਇਹਨਾਂ ਗਿਫਟਾਂ ਦੇ ਵਿੱਚ ਇੱਕ ਵੀ ਗਿਫਟ ਮੇਰੀ ਭੈਣ ਦਾ ਹੁੰਦਾ ਨਾ ਤਾਂ ਮੈਨੂੰ ਬੜਾ ਹੀ ਚਾਅ ਹੋਣਾ ਸੀ। ਉਹ ਗੱਲ ਤਾਂ ਤੇਰੀ ਸਹੀ ਆ, ਪਰ ਹੁਣ ਕੀਤਾ ਕੀ ਜਾਵੇ, ਸਾਰੇ ਰਿਸ਼ਤੇਦਾਰਾਂ ਨੇ ਇੰਨਾ ਪੁੱਛਿਆ ਕਿ ਉਹ ਕਿਉਂ ਨਹੀਂ ਆਏ, ਮੇਰੇ ਕੋਲ ਤਾਂ ਕੋਈ ਜਵਾਬ ਹੀ ਹੈ ਨਹੀਂ। ਵਿੱਕੀ ਜੇ ਤੁਹਾਨੂੰ ਪੁੱਛਿਆ ਨਾ ਅਗਲੇ ਨੇ, ਮੈਨੂੰ ਵੀ ਸਾਰਿਆਂ ਨੇ ਪੁੱਛਿਆ ਸੀ, ਮੈਂ ਤਾਂ ਆਪ ਚੁੱਪ ਕਰਕੇ ਬੈਠੀ ਰਹੀ, ਬਸ ਉਹਦਾ ਹੀ ਰਾਹ ਡੀਕਦੀ ਰਹੀ ਹਾਂ। ਕਈ ਤਾਂ ਵਿੱਚ ਲਾ ਲਾ ਕੇ ਗੱਲਾਂ ਕਰਨ ਡੇ ਸੀ ਕਿ ਸਾਂਢੂ ਤੇਰਾ ਕਰੋੜਪਤੀ ਬੰਦਾ ਬਣ ਗਿਆ, ਆਇਆ ਨਹੀਂ, ਲੱਗਦਾ ਮਾੜੇ ਬੰਦਿਆਂ ਦਾ ਸਾਥ ਛੱਡਤਾ ਉਹਨੇ। ਜੇ ਤੁਹਾਨੂੰ ਸਾਰਿਆਂ ਨੇ ਪੁੱਛਿਆ ਨਾ ਤਾਂ ਮੈਨੂੰ ਵੱਖ ਪੁੱਛਦੇ, ਮੈਂ ਸਗੋਂ ਝੂਠਾ ਹੀ ਹੱਸਦੀ ਰਹੀ ਹਾਂ ਕਿ ਕੋਈ ਨਹੀਂ ਉਹਨਾਂ ਨੂੰ ਕੰਮ ਪੈ ਗਿਆ, ਉਹਨਾਂ ਨੇ ਆਉਣਾ ਵਾ ਆਉਣਾ ਵਾ। ਉਹ ਵਿੱਚੋਂ ਤਾਂ ਸਾਰਿਆਂ ਨੂੰ ਪਤਾ ਆ ਕੀ ਗੱਲ ਹੋਈ ਆ, ਤੂੰ ਜਿੰਨੇ ਮਰਜ਼ੀ ਪੜਦੇ ਪਾਈ ਜਾ। ਹੁਣ ਤੁਸੀਂ ਦੱਸੋ ਇਹ 'ਚ ਮੈਂ ਕੀ ਕਰਾਂ, ਉਹਦਾ ਤਾਂ ਬਸੇਰਾ ਜੀ ਕਰਦਾ ਸੀ ਆਉਣ ਨੂੰ, ਉਹ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਐਤਕੀ ਆਉਣਾ ਹੀ ਜ਼ਰੂਰ ਆ, ਪਰ ਕੀ ਪਤਾ ਉਹਨਾਂ ਘਰ ਕਿੰਨੀ ਕੁ ਲੜਾਈ ਪਈ ਹੋਣੀ ਇਸ ਗੱਲ ਨੂੰ ਲੈ ਕੇ, ਜਿਹਨੇ ਅਗਲੀ ਨੇ ਮੈਨੂੰ ਫੋਨ ਤੱਕ ਨਹੀਂ ਕੀਤਾ। ਕੀ ਵੇਖੀ ਜਾਂਦੇ ਆ ਫੋਟੋ ਵੱਲ? ਵੇਖਣ ਡਿਆ ਕਿੰਨਾ ਪਿਆਰ ਸੀ ਸਾਡੇ ਸਾਰਿਆਂ ਵਿੱਚ, ਉਹ ਮੇਰੀ ਭੈਣ ਦੇ ਪ੍ਰੋਗਰਾਮਾਂ ਤੱਕ ਵੀ ਜਾਂਦਾ ਹੁੰਦਾ ਸੀ, ਕਿੰਨਾ ਹੱਸਦੇ ਖੇਡਦੇ ਸੀ ਆਪਾਂ ਸਾਰੇ ਜਾਣੇ। ਆਹ ਤਾਂ ਐਸਾ ਪੈਸਾ ਆਇਆ ਵਿੱਚ ਕਿ ਦੂਰ ਕਰਕੇ ਰੱਖਤਾ ਉਹਨੇ ਸਾਰਿਆਂ ਨੂੰ। ਵਿੱਕੀ ਉਹਨੂੰ ਪੈਸੇ ਦਾ ਗਰੂਰ ਵਾ, ਉਹਦੀ ਮੱਤ 'ਤੇ ਪੜਦਾ ਪੈ ਗਿਆ ਵਾ, ਕੋਈ ਨਹੀਂ ਕਿਸੇ ਦਿਨ ਨੂੰ ਸਮਝੂਗਾ ਜ਼ਰੂਰ ਇਸ ਗੱਲ ਨੂੰ। ਉਹ ਚੱਲ ਛੱਡ ਹੁਣ ਇਹਨਾਂ ਗੱਲਾਂ ਨੂੰ, ਇਹਨਾਂ ਦੀਆਂ ਤਾਂ ਸਾਰੀ ਦਿਹਾੜੀ ਕਰੀ ਗਏ ਤਾਂ ਵੀ ਨਹੀਂ ਮੁੱਕਣੀਆਂ, ਸਮਾਨ ਸਾਂਭ ਲਈ, ਇਹ ਨਾ ਹੋਵੇ ਬਾਅਦ 'ਚ ਮੁੰਡਾ ਉੱਠ ਜਾਵੇ ਤਾਂ ਸਮਾਨ ਹੀ ਨਾ ਸਾਂਭਿਆ ਜਾਵੇ। ਵਿੱਕੀ ਹੱਦ ਹੋਈ ਆ ਤੁਹਾਡੇ ਵਾਲੀ, ਮੈਂ ਕੱਲ੍ਹ ਦੀ ਅੱਗੇ ਥੱਕ ਗਈ ਹਾਂ ਕੰਮ ਕਰ ਕਰਕੇ, ਮੇਰੇ ਨਾਲ ਹੋ ਕੇ ਸੰਭਾਲ ਲਓ ਸਮਾਨ। ਚੱਲ ਬਾਬਾ। ਭਾਜੀ ਹੋਰ ਆਇਓ ਜਰਾ ਕੁ। ਹਾਂਜੀ, ਕੰਮ ਹੀ ਥੋੜ੍ਹਾ ਤੁਹਾਡੇ ਨਾਲ। ਦੱਸੋ ਭਾਈ, ਸੀਮੈਂਟ ਮੁੱਕ ਚੱਲਿਆ, ਲਿਆ ਦਿਓ ਫਿਰ। ਕੋਈ ਨਹੀਂ, ਮੈਂ ਕਰਦਾ ਗੱਲ ਜਾ। ਆਹੋ ਮੰਗਾ ਲਈ ਹੈ। ਕੀ ਗੱਲ ਆ ਤੈਨੂੰ, ਤੂੰ ਬੜਾ ਮੂੰਹ ਢਿੱਲਾ ਕੀਤਾ ਵਾ। ਮੂੰਹ ਨਾ ਢਿੱਲਾ ਕਰਾਂ ਤਾਂ ਹੋਰ ਕੀ ਕਰਾਂ, ਫੋਨ ਆਉਣ ਡਿਆ ਸੀ ਮੰਮੀ ਦਾ, ਆਖਣ ਡਿਆ ਵੀ ਵੀਰ ਨੇ ਤੰਗ ਬੜਾ ਕੀਤਾ ਏ, ਭਾਬੀ ਦੀ ਭੈਣ ਦਾ ਪ੍ਰੋਗਰਾਮ ਸੀ ਤੇ ਉੱਥੇ ਵੀ ਨਹੀਂ ਜਾਣ ਦਿੱਤਾ, ਤਾਂ ਸਾਰਿਆਂ ਨੂੰ ਤਾਂ ਐਵੇਂ ਬਸ ਇੱਕ ਦੂਜੇ ਨਾਲ ਮੂੰਹ ਵੱਟੀ ਫਿਰਨ ਡੇ ਨੇ, ਦੁਖੀ ਘਰ ਮਾਰਿਆ ਸਾਰਿਆਂ ਨੂੰ, ਸਮਝ ਨਹੀਂ ਆਉਂਦੀ ਇਹਦਾ ਹੁਣ ਕੀ ਕਰੀਏ। ਤੂੰ ਆਪਣੀ ਮੰਮੀ ਨੂੰ ਫੋਨ ਲਾ, ਮੈਂ ਗੱਲ ਕਰਦਾ। ਹਲੋ ਪਹਿਲੇ ਜਾਣ ਡੀ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ ਜੀ, ਹੋਰ ਸੁਣਾਓ ਠੀਕ ਠਾਕ ਜੀ? ਅੱਛਾ ਕਵਲ, ਅੱਛਾ ਚਲੋ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਚਲੋ ਠੀਕ ਆ ਮੰਮੀ ਜੀ, ਆਉਂਦੇ ਹਾਂ ਫਿਰ ਤੁਹਾਡੇ ਕੋਲ। ਚਲੋ ਠੀਕ ਆ, ਚੰਗਾ ਜੀ।
ਹਾਂਜੀ ਭਾਜੀ ਕੀ ਹਾਲ ਜੇ? ਵਧੀਆ ਭਾਜੀ ਵਧੀਆ, ਤੁਸੀਂ ਸੁਣਾਓ ਜੀ? ਬਸ ਜੀ ਬਸ ਵਧੀਆ, ਆਪਣੇ ਵੀ। ਹੋਰ ਸੁਣਾਓ? ਬਸ ਚੱਲੀ ਜਾਂਦਾ ਵਧੀਆ। ਚਲੋ ਜੀ ਵਧੀਆ ਹੀ ਚਾਹੀਦੇ ਨੇ। ਕਿੱਦਾਂ ਕੰਮ ਕਾਰ? ਹਾਂਜੀ ਬਸ ਕੰਮ ਕਾਰ ਠੀਕ ਆ। ਮੈਂ ਫੋਨ ਕੀਤਾ ਸੀ ਵੱਡੇ ਭਾਜੀ ਨੂੰ, ਉਹਨਾਂ ਨੇ ਚੁੱਕਿਆ ਹੀ ਨਹੀਂ। ਮੈਂ ਕਿਹਾ ਚਲੋ ਆਪਾਂ ਭਾਜੀ ਹੁਣਾਂ ਨੂੰ ਡਾਇਰੈਕਟ ਜਾ ਕੇ ਮਿਲ ਲੈਂਦੇ ਹਾਂ। ਉਹ ਠੀਕ ਆ ਠੀਕ ਆ। ਉਹ ਭਾਜੀ ਹੁਣੀ ਤਾਂ ਵਿਆਹ ਗਏ ਤੇ ਉਹ ਸ਼ਾਇਦ ਨਾ ਪਤਾ ਲੱਗਾ ਹੋਏ ਤਾਂ ਨਹੀਂ ਚੁੱਕਿਆ ਗਿਆ ਹੋਣਾ। ਦੱਸੋ ਕੋਈ ਗੱਲ ਨਹੀਂ। ਦੱਸਣਾ ਕੀ ਆ ਭਾਜੀ, ਭਾਜੀ ਨੂੰ ਮੈਸੇਜ ਕਰਕੇ ਡਿਆ ਸੀ ਫੋਨ ਕਰਨ, ਸੀਮਿੰਟ ਖਤਮ ਹੋ ਗਿਆ। ਮੈਂ ਕਿਹਾ ਚਲੋ ਸੀਮਿੰਟ ਭੇਜ ਦਿੰਦੇ, ਤੇ ਚਲੋ ਉਹਨਾਂ ਚੁੱਕਿਆ ਨਹੀਂ ਤੇ ਬਿਲਕੁਲ ਹੀ ਸੀਮਿੰਟ ਖਤਮ ਹੋਣ ਵਾਲਾ ਸੀ। ਤੇ ਮੈਂ ਕਿਹਾ ਚਲੋ ਫਿਰ ਭਾਜੀ ਹੁਣਾਂ ਨੂੰ ਆਪ ਜਾ ਕੇ ਕਹਿ ਆਉਂਦੇ ਹਾਂ। ਤੇ ਇੱਦਾਂ ਕਰਿਓ ਵੀ 100 ਕੁ ਬੋਰੀ ਸੀਮਿੰਟ ਦੀ ਜਿਹੜੀ ਆ ਨਾ ਭੇਜ ਦਿਓ। ਅੱਛਾ ਅੱਛਾ, 100 ਬੋਰਾ ਚਾਹੀਦਾ ਹੈ? ਹਾਂਜੀ। ਇੱਕ ਮਿੰਟ, ਪਹਿਲਾਂ ਵੀ ਆਪਣਾ ਗਿਆ ਮਾਲ ਨਾ? ਹਾਂਜੀ ਹਾਂਜੀ ਭਾਜੀ, ਮਾਲ ਤੁਹਾਡੇ ਕੋਲ ਜਾਣ ਡਿਆ ਸਾਰਾ। ਕਵਲ ਸਿੰਘ ਜੀ ਨਾ ਭਾਜੀ ਆਪਣਾ? ਹਾਂਜੀ ਹਾਂਜੀ, ਕਵਲਜੋਤ ਸਿੰਘ। ਕਵਲਜੋਤ ਸਿੰਘ ਹਾਂਜੀ। ਭਾਜੀ ਤੁਹਾਡਾ 3 ਕੁ ਲੱਖ ਰੁਪਈਆ ਅੱਗੇ ਆ ਬੈਲੈਂਸ। ਹਾਂਜੀ ਹਾਂਜੀ। ਅਤੇ ਹੁਣ ਕਰੋ ਪੈਸੇ ਕਰੋਗੇ ਤਾਂ ਫੇਰ ਹੀ ਆ ਮਤਲਬ ਕਿ ਭੇਜਾਂਗੇ। ਹੁਣ ਕਿੰਨਾ ਇੱਦਾਂ ਕਿੰਨਾ ਭੇਜ ਸਕਦੇ ਆ ਮਾਲ? ਕੋਈ ਨਹੀਂ ਭਾਜੀ, ਪੈਸੇ ਤਾਂ ਕਰ ਦੇਣਾ ਵਾ। ਦੱਸ ਤੁਹਾਡੇ ਨਾਲ ਵਿਹਾਰ ਚੱਲਣ ਡਿਆ ਸਾਰਾ ਸਮਾਨ? ਇੱਦਾਂ ਨਹੀਂ ਹੁੰਦਾ, ਹੁਣ ਵੇਖੋ ਪਿੱਛੇ ਵੀ ਆਪਾਂ ਪੇਮੈਂਟਾਂ ਕਰਨੀਆਂ ਹੁੰਦੀਆਂ, ਅਤੇ ਜੇ ਉਹ ਤੁਸੀਂ ਕਹੀ ਜਾਓਗੇ ਆਪਾਂ ਕਰ ਦਿੰਦੇ, ਹੁਣ ਆਪਾਂ ਥੋੜ੍ਹਾ ਪਿੱਛੇ ਕਹਿ ਸਕਦੇ ਹਾਂ ਕਿ ਆਪਾਂ ਕਰ ਦਾਂਗੇ, ਅਤੇ ਉਹ ਇੱਦਾਂ ਥੋੜ੍ਹਾ ਮੰਨਦੇ ਆ। ਚਲੋ ਇੰਨਾ ਕੁ ਵਾਧਾ ਘਾਟਾ ਤਾਂ ਚੱਲ ਜਾਂਦਾ ਭਾਜੀ। 3 ਲੱਖ ਰੁਪਈਆ ਤਾਂ ਅੱਗੇ ਹੋ ਗਿਆ, ਹੁਣ ਇਹ ਤੋਂ ਵੱਧ ਕੀ ਹੋ ਸਕਦਾ? ਦੱਸੋ ਹੁਣ ਸਾਰਿਆਂ ਨੇ 3-3 ਲੱਖ ਰੁਪਈਆ ਕਰਨ ਲੱਗ ਪਏ, ਅਤੇ ਕਿੱਥੋਂ ਆਪਾਂ ਮਤਲਬ ਕਿ ਸਾਡੇ ਤੋਂ ਰੋਕੜ ਕਿੱਥੋਂ ਆਊਗੀ? ਕਿੱਥੇ ਅੱਗੇ ਮਤਲਬ ਪੇਮੈਂਟ ਆ ਕਿੱਥੋਂ ਕਰਾਂਗੇ ਪਿੱਛੇ ਯਾਰ? ਭਾਜੀ ਮੇਰੇ ਮਿਸਤਰੀ ਰੁਕ ਜਾਣੇ ਆ। ਮਿਸਤਰੀ ਭਾਜੀ ਰੁਕ ਜਾਣੇ? ਜੇ ਤੁਸੀਂ ਤਾਂ ਤੁਹਾਡੇ ਤਾਂ ਮਿਸਤਰੀ ਰੋਕਣ ਦੇ, ਤੁਸੀਂ ਤਾਂ ਸਾਡੀਆਂ ਵੀ ਦੁਕਾਨਾਂ ਬੰਦ ਕਰਾ ਦੇਣੀਆਂ ਮੇਰੇ ਹਿਸਾਬ ਨਾਲ, ਜੇ ਹਿਸਾਬ ਨਾਲ ਤੁਸੀਂ ਚੱਲਣ ਦੇ। ਨਹੀਂ ਨਹੀਂ ਭਾਜੀ, ਵੇਖੋ ਦੁਕਾਨਾਂ ਨਾ ਤੁਹਾਡੇ ਬੰਦ ਹੋਣ, ਕੰਮ ਚੱਲਦੇ ਰਹਿਣ। ਉਹ ਇੱਦਾਂ ਨਹੀਂ ਹੁੰਦਾ ਯਾਰ ਭਾਜੀ, ਇੱਦਾਂ ਦੇ 2-3 ਗਾਹਕ ਹੋਰ ਆ ਜਾਣ ਫਿਰ ਤਾਂ ਆਪਾਂ ਕੰਮ ਕਰ ਲਏ ਯਾਰ। ਆਹ ਥੋੜ੍ਹਾ ਤਰੀਕਾ ਹੁੰਦਾ। ਹੁਣ ਵੇਖੋ 3 ਲੱਖ ਰੁਪਈਆ ਤੁਹਾਡੇ ਵੱਲ ਹੋਇਆ, ਅਸੀਂ ਤੁਹਾਨੂੰ ਇੱਕ ਵਾਰੀ ਵੀ ਫੋਨ ਕੀਤਾ, ਹੁਣ ਮੈਂ ਕਿਹਾ ਚੱਲ ਤੁਸੀਂ ਲੈ ਗਏ, ਹੁਣ ਤੁਸੀਂ ਫਿਰ 100 ਬੋਰਾ ਮੰਗੀ ਜਾਂਦੇ ਯਾਰ। ਚਲੋ ਤੁਸੀਂ ਇਹ ਤਾਂ ਭੇਜੋ, ਹਾਂ ਲੈਂਟਰ ਇੱਕ ਵਾਰੀ ਤਾਂ ਪਵੇ, ਬਾਕੀ ਕੋਈ ਨਹੀਂ ਕਰ ਲੈਂਦੇ ਭਾਜੀ। ਜਦੋਂ ਇੱਕ ਵਾਰੀ ਲੈਂਟਰ ਪੈ ਜਾਂਦਾ ਫਿਰ ਕੋਈ ਨਹੀਂ ਹੁੰਦਾ, ਸਾਡੇ ਨਾਲ ਇੱਦਾਂ ਹੀ ਹੁੰਦਾ, ਬੜਿਆਂ ਦੇ ਲੈਂਟਰ ਪਵਾਏ ਆ, ਬਾਜ ਨਹੀਂ ਕੋਈ ਵੜਦਾ ਇੱਥੇ। ਭਾਜੀ ਅੱਧ 'ਚ ਕੰਮ ਰੁਕ ਗਿਆ, ਪੁੱਛੋ ਡਿੱਕਾ ਹੋ ਜਾਣਾ ਸਾਰਿਆਂ ਦਾ। ਭਾਜੀ ਮੇਰੀ ਗੱਲ ਸੁਣੋ, ਜੇ ਤੁਹਾਡੇ ਤੋਂ ਹੈ ਹੀ ਨਹੀਂ, ਤੁਸੀਂ ਸ਼ੁਰੂ ਹੀ ਨਹੀਂ ਕਰਦੇ, ਨਾ ਸ਼ੁਰੂ ਕਰਦੇ ਤੁਸੀਂ, ਹੁਣ ਸਾਰਾ ਤੁਸੀਂ ਆਪਣੇ ਸਾਡੇ 'ਤੇ ਬੋਝ ਪਾਈ ਜਾਂਦੇ ਆ। ਤੁਹਾਡੇ ਕੋਈ ਰਿਸ਼ਤੇਦਾਰ ਹੋਣੇ ਆ, ਉਹਨਾਂ ਦੀ ਲੋ ਹੈਲਪ ਲੈ ਲਓ ਕਿਸੇ ਦੀ, ਹੁਣ ਇਸ ਤੋਂ ਵੱਧ ਆਪਾਂ ਤਾਂ ਨਹੀਂ ਜੀ ਕਰ ਸਕਦੇ, ਸਾਡੇ ਵੱਲੋਂ ਸਾਫ ਨਾ ਜੀ। ਭਾਜੀ ਰਿਸ਼ਤੇਦਾਰਾਂ ਦਾ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ, ਬਾਕੀ ਨਾ ਮੇਰਾ ਸੀਜ਼ਨ ਚੱਲ ਪੈਣਾ ਵਾ, ਰੀਪਰ ਦਾ ਚੱਲ ਪੈਣਾ ਵਾ, ਅਤੇ ਕੋਈ ਨਹੀਂ ਮੈਂ ਉਦੋਂ ਤੁਹਾਡਾ ਅੱਧ ਵਿੱਚ ਅੱਧ ਕਰ ਦਾਂਗੇ। ਉਹ ਰੀਪਰ ਦਾ ਪਤਾ ਨਹੀਂ ਭਾਜੀ, ਸਾਰੇ ਲੋਕਾਂ ਤੋਂ ਰੀਪਰ ਹੀ ਰੀਪਰ ਹੈਗੇ ਆ, ਕੀ ਪਤਾ ਤੁਹਾਡਾ ਚੱਲਣਾ ਕਿ ਨਹੀਂ ਚੱਲਣਾ। ਹੁਣ ਸਾਨੂੰ ਚਾਹੀਦੇ ਆ ਪੈਸੇ ਚਾਹੀਦੇ ਆ, ਵੇਖੋ ਉਹ ਤੋਂ ਬਿਨਾਂ ਕੁਛ ਨਹੀਂ, ਕੋਈ ਹੱਲ ਨਹੀਂ ਜੀ ਹੈਗਾ। ਇੱਦਾਂ ਹੁਣ ਵੇਖੋ ਤੁਹਾਡੇ ਨਾਲ 3 ਹੋ ਗਿਆ, ਹੋਰ 2-3 ਗਾਹਕ ਆ ਗਏ, ਠੀਕ ਆ, ਉਹਨਾਂ ਨਾਲ ਵੀ 4-4, 5-5 ਹੋ ਗਿਆ, ਅਤੇ ਕਿੱਥੋਂ ਆਪਾਂ ਕਿੱਥੋਂ ਮੰਗਾਉਣਾ ਮਾਲ? ਪੇਮੈਂਟਾਂ ਕਰਾਂਗੇ, ਐਡਵਾਂਸ ਪੇਮੈਂਟਾਂ ਪਾਉਣੀਆਂ ਪੈਂਦੀਆਂ ਪਿੱਛੇ। ਚਲੋ ਭਾਜੀ ਤੁਸੀਂ ਤਾਂ ਹੁਣ ਸੁਣਾਉਣ ਹੀ ਬੜਾ ਕੁਝ ਡਿਆ ਪਿਆ ਜੇ, ਉਹ ਸੁਣਾਉਣ ਨਹੀਂ ਲੱਗ ਪਏ ਭਾਜੀ, ਤੁਸੀਂ ਸੁਣਾਓ ਤਾਂ ਤੁਸੀਂ ਦੇ ਜੇ 3 ਲੱਖ ਦਾ ਅੱਗੇ ਮਾਲ ਚੱਲ ਗਿਆ, ਤੁਸੀਂ ਹੋਰ ਅੱਗੇ ਕਹੀ ਜਾਂਦੇ, ਜਦੋਂ ਹੋਰ ਭੇਜ ਦਿਉ ਹੋਰ ਭੇਜ ਦਿਉ, ਦੱਸ ਇੱਦਾਂ ਥੋੜ੍ਹਾ ਕੰਮ ਚੱਲਦੇ ਜਿੱਦਾਂ ਤੁਸੀਂ ਕਹਿੰਦੇ ਯਾਰ। ਚਲੋ ਠੀਕ ਆ ਫਿਰ ਭਾਜੀ। ਭਾਜੀ ਇਹਦਾ ਤਾਂ ਦੱਸ ਕੇ ਜਾਓ ਕੀ ਕਰਨਾ ਜਿਹੜਾ 3 ਲੱਖ ਆ। ਕਰਨਾ ਕੀ ਆ ਭਾਜੀ ਫਿਰ ਆਪਣਾ? ਹੁਣ ਮੈਂ ਤੁਹਾਨੂੰ ਉਹ ਦੱਸਾਂ ਕੀ ਆ ਭਾਜੀ, ਵੇਖੋ ਇਹਦਾ ਤੁਹਾਨੂੰ ਵਿਆਜ ਪੈਣਾ ਹੁਣ ਸ਼ੁਰੂ ਹੋ ਜਾਣਾ, ਇਹ ਤੁਹਾਨੂੰ ਵਿਆਜ ਵੀ ਬਾਅਦ ਦੇਣਾ ਪੈਣਾ, ਇੰਟਰਸਟ ਸਾਰਾ ਜਿੰਨਾ ਸਾਨੂੰ ਪੈਣ ਦੇਣਾ, ਆਪਾਂ ਵੀ ਲਿਮਟਾਂ ਬਣਾ ਕੇ ਕੰਮ ਕਰਨੇ, ਉਹ ਤੁਹਾਨੂੰ ਸਾਰਾ ਦੇਣਾ ਪੈਣਾ ਜੀ। ਚਲੋ ਭਾਜੀ ਹੁਣ ਮੈਨੂੰ ਜ਼ਿਆਦਾ ਤੁਹਾਡੇ ਖਾਤਿਆਂ ਦਾ ਤਾਂ ਪਤਾ ਨਹੀਂ ਆ, ਬਾਕੀ ਇਹ ਆ ਕਿ ਹੁਣ ਕਣਕ ਜਾਊਗੀ ਤਾਂ ਕਣਕੋਂ ਮੈਂ ਦੇ ਸਕਦਾ ਜੇ ਪੈਸੇ, ਬਾਕੀ ਜੋ ਤੁਹਾਡਾ ਵਿਆਜ। ਹਾਂ ਉਹ ਵਿਆਜ ਭਾਜੀ ਪਹਿਲਾਂ ਲੈਣਾ ਅਤੇ ਬਾਕੀ ਆਪਾਂ ਬਾਅਦ ਲੈਣਾ। ਚਲੋ ਠੀਕ ਹੈ ਜੀ। ਕਿੱਦਾਂ ਸੇਠ ਜੀ? ਠੀਕ ਆ ਭਾਈਆ। ਹੈ ਬੜਾ ਢਿੱਲਾ ਜਿਹਾ ਬੋਲਿਆ, ਕੀ ਗੱਲ ਹੋ ਗਈ ਹੈ? ਢਿੱਲਾ ਨਾ ਬੋਲਾਂ ਤੇ ਹੋਰ ਕੀ ਕਰਾਂ ਭਾਈਆ, ਜਦੋਂ ਇਹ ਘਰ ਦੇ ਵਿੱਚ ਕਿਸੇ ਨੇ ਕਿਸੇ ਦੀ ਮੰਨਣੀ ਨਹੀਂ ਹੁੰਦੀ। ਵੇ ਕਿਹੜੀ ਨਹੀਂ ਤੇਰੀ ਮੰਨੀ,
ਅਸੀਂ ਪਰਸੋਂ ਪ੍ਰੋਗਰਾਮ ਤੇ ਚੱਲੀਆਂ ਤਿਆਰ ਹੋ ਕੇ, ਤੂੰ ਡੱਕ ਦਿੱਤਾ, ਅਸੀਂ ਨਹੀਂ ਗਈਆਂ। ਹੋਰ ਕਿੱਦਾਂ ਦੀ ਤੇਰੀ ਮੰਨੀ ਹੈ? ਪੁੱਛ ਸੋਨੂੰ ਕਿਹੜੀ ਨੀਅਰੀ ਅਸੀਂ ਮੰਨਦੇ। ਸੋਨੂੰ ਇੰਨਾ ਕਲੇਸ਼ ਇਹ ਮੁੰਡੇ ਨੇ ਪਾਇਆ ਨਾ, ਜਿਹੜਾ ਰਹੇ ਰੱਬ ਦਾ ਨਾਂ। ਜੇ ਉਹ ਇਕੱਲੀ ਇਕੱਲੀ ਭੈਣ ਦੇ ਚੱਲੀ ਸੀਗੀ ਤੇ ਜਾਣ ਦਿੰਦਾ, ਨਾ ਕੋਈ ਕਲਾ ਪੈਂਦੀ ਨਾ ਕਲੇਸ਼ ਪੈਂਦਾ। ਇਹਨੇ ਵੀ ਉਦਣ ਦਾ ਮੂੰਹ ਵੱਟਿਆ ਸੀ ਤੇ ਨਾ ਖਾਣ ਨੂੰ ਤੇ ਨਾ ਪੀਣ ਦਾ ਸਵਾਦ। ਇੱਕ ਤੇ ਗਲਤੀਆਂ ਕਰਦਾ ਤੇ ਉੱਤੋਂ ਅੱਖਾਂ ਵਿਖਾਲਦਾ, ਵੇਖ ਸਹੀ ਕਿੱਦਾਂ ਵੇਖਣ ਡਿਆ ਆ। ਭਾਬੀ ਬਹਿ ਜਾਓ ਤੁਸੀਂ ਵੀ, ਮੰਮੀ ਤੇਰੇ ਨਾਲ ਇੱਥੇ ਬਹਿ ਜਾ। ਕਵਲ, ਮੈਨੂੰ ਇਹ ਦੱਸ ਤੂੰ ਚਾਹੁੰਦਾ ਕੀ ਆ? ਚਾਹੁੰਦਾ ਕੀ ਆ ਭਾਈ ਆ, ਆਪਣੀ ਤਾਂ ਇੱਕੋ ਮੰਗ ਆ, ਜਿਹੜਾ ਬੰਦਾ ਇੱਜ਼ਤ ਕਰੂਗਾ ਉਹ ਇੱਜ਼ਤ ਲਊਗਾ। ਅਗਲਿਆਂ ਨੇ ਨਹੀਂ ਮੇਰੀ ਇੱਜ਼ਤ ਕੀਤੀ ਤੇ ਅੱਜ ਉਹਨਾਂ ਦੇ ਨਾਲ ਆਹ ਕੰਮ ਹੋਣ ਡਿਆ। ਮੂੰਹ ਚੜ ਕੇ ਬੋਲਦੇ ਸੀ ਸਿੱਧੇ, ਫਿਰ ਆਪਾਂ ਵੀ ਅੱਗੋਂ ਸੁਣਾ ਦਿੱਤੀਆਂ। ਇੱਕੋ ਗੱਲ ਵਾ, ਮਾਫ਼ੀ ਮੰਗ ਲੈਣ, ਕੋਈ ਗੱਲ ਨੀ, ਅਸੀਂ ਜਾਣ ਡੈ ਪੈਂਦੇ, ਸਾਡਾ ਕੋਈ ਵੱਟ ਬੰਨੇ ਦਾ ਰੌਲਾ ਵਾ ਉਹਦੇ ਨਾਲ। ਆ ਸੁਣ ਲਓ ਭਾਜੀ, ਆਹੋ ਜਿੱਦ ਤੇ ਅੜੇ ਜੇ ਕਿ ਉਹ ਮੇਰੇ ਕੋਲ ਆ ਕੇ ਘਰ ਤੇ ਮਾਫ਼ੀ ਮੰਗਣ। ਕਿਹੜੀ ਗੱਲ ਦੀ ਮਾਫ਼ੀ ਮੰਗਣ? ਉਹ ਕੀ ਉਹਨਾਂ ਨੇ ਕਸੂਰ ਕੀਤਾ ਆ? ਕੀ ਉਹਨਾਂ ਨੇ ਇਹਨਾਂ ਦੇ ਸਿਰ 'ਤੇ ਡਾਂਗ ਮਾਰੀ ਹੈ ਜਿਹੜੀ ਉਹ ਆ ਕੇ ਮਾਫ਼ੀ ਮੰਗ ਲੈਣ? ਬੇਇੱਜ਼ਤੀ ਤੇ ਉਹਨਾਂ ਦੀ ਕੀਤੀ ਆ ਘਰ ਆਇਆਂ ਦੀ, ਛੱਤੀ ਛੱਤੀ ਉਹਨਾਂ ਨੂੰ ਤੁਸੀਂ ਗੱਲਾਂ ਕਰ ਦਿੱਤੀਆਂ ਘਰ ਆਇਆਂ ਨੂੰ, ਹਲੇ ਵੀ ਉਹ ਆ ਕੇ ਤੁਹਾਡੇ ਕੋਲ ਮਾਫ਼ੀ ਮੰਗ ਕੇ ਜਾਣ? ਕੋਈ ਘਰ ਆਇਆਂ ਦੀ ਬੇਇੱਜ਼ਤੀ ਕਰਦਾ ਹੁੰਦਾ ਪਹਿਲਾਂ ਮੈਨੂੰ ਇਹ ਦੱਸੋ। ਹੁਣ ਤੁਸੀਂ ਆਏ ਜੇ ਮੈਂ ਤੁਹਾਨੂੰ ਵੱਧ ਘੱਟ ਬੋਲਾਂ ਤੇ ਤੁਹਾਨੂੰ ਕਿੱਦਾਂ ਦਾ ਲੱਗੂਗਾ? ਤੁਸੀਂ ਜਾਣਾ ਹੀ ਆ ਨਾ ਉੱਠ ਕੇ। ਮੈਂ ਕਿਹੜੀ ਗੱਲੋਂ ਤੂੰ ਵੱਧ ਘੱਟ ਬੋਲੇਂਗੀ ਇਹਨਾਂ ਨੂੰ? ਜਦੋਂ ਕੋਈ ਗੱਲ ਹੀ ਨਾ ਕਰਨਗੇ ਤੇ ਕਿੱਦਾਂ ਬੋਲ ਦੇਂਗੀ? ਉਹਨਾਂ ਨੇ ਵੀ ਕੀ ਕਿਹਾ? ਸਰਸਰੀ ਕਿਹਾ ਸੀ ਕਿ ਭਾਈ ਅਸੀਂ ਗੱਡੀ ਲੈਣੀ ਸੀ ਤੇ ਤੁਹਾਨੂੰ 50,000 ਦੇਣ ਕਰਕੇ, ਤੇ ਉਹ ਵੀ ਤੁਸੀਂ ਛੇੜੀ ਸੀ ਆਪ ਗੱਲ ਵੀ ਗੱਡੀ ਲਓ ਤੁਸੀਂ। ਫੇਰ ਹੀ ਉਹਨਾਂ ਨੇ ਕਿਹਾ ਵੀ ਆ ਤੁਹਾਨੂੰ ਦੇਣ ਕਰਕੇ ਸਾਡਾ ਅੱਗੇ ਪੈ ਗਿਆ ਕੰਮ, ਮਤਲਬ ਅਸੀਂ ਘੀਂਗ ਪਈ, ਮੁੜ ਕੇ ਗੱਡੀ ਨਹੀਂ ਲਈ ਗਈ। ਭਲਾ ਇਸ ਗੱਲ ਦੇ ਵਿੱਚ ਕੋਈ ਵੜ ਹੈਗਾ? ਯਾਰ ਇਹ ਗੱਲ ਲਾਟਰੀ ਨਿਕਲਣ ਤੋਂ ਪਹਿਲਾਂ ਵੀ ਤੇ ਕਹਿ ਸਕਦੇ ਸੀ ਨਾ, ਅਗਲਿਆਂ ਨੇ ਬਿਲਕੁਲ ਟਕਾ ਕੇ ਉਦੋਂ ਸੱਟ ਮਾਰੀ ਆ ਵੀ ਹਾਂ ਬਈ ਹੁਣ ਇਹ ਬੰਦੇ ਦੇ ਕੋਲ 4 ਧੇਲੇ ਆਏ ਆ ਤੇ ਅਸੀਂ ਇਹਨੂੰ ਦਿੰਦੇ ਰਹੇ ਆ, ਅਸੀਂ ਤਾਂ ਸਹਾਨ ਕਰਦੇ ਰਹੇ ਆ, ਅੱਜ ਸਾਨੂੰ ਦਵੇ। ਅਸਲੋਂ ਅਸਲੀ ਅੰਦਰੋਂ ਤੇ ਇਹ ਗੱਲ ਸੀ, ਪਰ ਸਿੱਧਾ ਸਿੱਧਾ ਨਹੀਂ ਕਹਿ ਸਕਦੇ, ਉਹ ਮੈਨੂੰ ਸਿੱਧਾ ਕਹਿ ਦਿੰਦੇ। ਜੇ ਉਹਨਾਂ ਨੇ ਸਿੱਧਾ ਹੀ ਕਹਿਣਾ ਹੁੰਦਾ ਨਾ ਤੇ ਜਦੋਂ ਇੰਨੀਆਂ ਮੰਗਾਂ ਪਹਿਲਾਂ ਮੰਗੀਆਂ ਸੀ ਨਾ ਉਦੋਂ ਹੀ ਕਹਿ ਦਿੰਦੇ ਅਗਲੇ ਤੁਹਾਨੂੰ। ਤੇ ਉਦੋਂ ਕਿੱਦਾਂ ਕਹਿ ਦਿੰਦੇ ਜਦੋਂ ਉਹਨਾਂ ਨੂੰ ਚੰਗਾ ਭਲਾ ਪਤਾ ਸੀ ਵੀ ਇਹਦੇ ਕੋਲ ਹੈ ਹੀ ਕੱਖ ਨਹੀਂ? ਹੁਣ ਤੇ ਉਹਨਾਂ ਨੂੰ ਪਤਾ ਹੀ ਹੈਗੇ, ਮੈਨੂੰ ਸਿਰਫ ਉਹਨਾਂ ਦਾ ਪੈਸੇ ਮੰਗਣ ਦਾ ਤਰੀਕਾ ਨਹੀਂ ਸਹੀ ਲੱਗਾ। ਇਹ ਸਾਰੀਆਂ ਇਹਨਾਂ ਦੀਆਂ ਮਨਘੜਤ ਸੋਚਾਂ ਵਾ ਜਿਹੜੀਆਂ ਇਹ ਸੋਚੀ ਜਾਂਦੇ ਆ। ਤੁਸੀਂ ਆਪ ਹੀ ਦੱਸੋ, ਤੁਹਾਨੂੰ ਲੱਗਦਾ ਵੀ ਉਹ ਭਾਈ ਇੱਦਾਂ ਦਾ ਹੋਊਗਾ, ਉਹਦੀ ਸੋਚ ਇੱਦਾਂ ਦੀ ਹੋਊਗੀ? ਭਲਾ ਉਹਨੂੰ ਪਤਾ ਸੀ ਕਿ ਇਹਦੀ ਲਾਟਰੀ ਨਿਕਲਣੀ ਹੈ ਤੇ ਫੇਰ ਹੀ ਮੈਂ ਗੱਲਾਂ ਕਰਨੀਆਂ ਇਹਨੂੰ ਵੱਧ ਘੱਟ? ਜਿੰਨੇ ਗੱਲਾਂ ਕਰਨੀਆਂ ਹੁੰਦੀਆਂ ਨਾ ਪਹਿਲਾਂ ਵੀ ਕਰ ਜਾਂਦਾ ਵਾ। ਓਏ ਉਦਣ ਨਿਕਲ ਚੁੱਕੀ ਸੀ, ਫੇਰ ਹੀ ਆਣ ਕੇ ਉਹਨਾਂ ਨੇ ਗੱਲਾਂ ਕੀਤੀਆਂ ਨੇ। ਆ ਤੁਸੀਂ ਸਮਝਾਓ, ਸਾਡਾ ਤਾਂ ਨਹੀਂ ਸਿਰ ਰਹਿ ਗਿਆ ਹੁਣ ਇਹਨਾਂ ਦੇ ਨਾਲ ਖੱਪ ਖੱਪ ਕੇ, ਨਾ ਇਹਨਾਂ ਦੇ ਆਪਣੀ ਬਕਵਾਸ ਨਾ ਬੰਦ ਕਰ ਲਾ, ਬੰਦ ਕਰ ਲਾ ਆਪਣੀ ਬਕਵਾਸ। ਜਿੱਦਣਾ ਸਿੱਖ ਛੜਿਆ ਹੋਰ ਤੇ ਕੁੱਖ ਨਹੀਂ ਆਉਂਦਾ ਤੈਨੂੰ। ਓਹੋ ਰੱਬ ਦਾ ਵਾਸਤਾ, ਚੁੱਪ ਕਰ ਜਿਓ ਸਾਰੇ ਜਾਣੇ। ਕੀ ਤੁਸੀਂ ਕਾਮਰ ਵਾਲੀ ਪਾ ਕੇ ਰੱਖੀ ਆ? ਜੇ ਏਦਾਂ ਹੀ ਕਾਮਰ ਵਾਲੀ ਪਾਉਣੀ ਤੇ ਫਿਰ ਸਾਨੂੰ ਕਾਹਦੇ ਲਈ ਸੱਦਿਆ ਸੀ? ਹੈ ਵੀਰ ਜੀ, ਸਾਰੀ ਗਲਤੀ ਤੁਹਾਡੀ ਆ। ਆਹੋ ਇਹੋ ਹੀ ਤੇ ਗੱਲ ਵਾ, ਸਾਰਿਆਂ ਨੂੰ ਮੈਂ ਹੀ ਗਲਤ ਲੱਗਦਾ, ਤੂੰ ਵੀ ਰਲ ਜਾ ਇਹਨਾਂ ਦੇ ਨਾਲ ਹੀ ਕੇ। ਕਵਲ ਗੁੱਸਾ ਨਾ ਕਰੀ ਜਾ ਇਸ ਗੱਲ ਦਾ, ਤੇਰੀ ਭੈਣ ਬਿਲਕੁਲ ਠੀਕ ਆ ਰਹੀ ਹੈ, ਜਿੱਥੇ ਤੇਰੀ ਗਲਤੀ ਹੈਗੀ ਆ ਨਾ ਉੱਥੇ ਹੈਗੀ ਆ, ਤੇ ਇਹ ਗੱਲ ਨੂੰ ਮੰਨ ਲਾ ਤੂੰ। ਉਹ ਭਾਈ ਆ ਤੂੰ ਤੇ ਕਮ ਸੇ ਕਮ ਬੰਦਿਆਂ ਵਾਲੀ ਗੱਲ ਕਰ, ਜਨਾਨੀਆਂ 'ਚ ਬਹਿ ਕੇ ਜਨਾਨੀਆਂ ਵਰਗਾ ਹੀ ਹੋ ਗਿਆ, ਕਮ ਸੇ ਕਮ ਤੂੰ ਤੇ ਮੈਨੂੰ ਇੰਨੀ ਗੱਲ ਕਹਿ ਦੇ ਕਿ ਤੂੰ ਸਹੀ ਆ, ਉਹੋ ਹੀ ਗੱਲ। ਲੈ ਸੁਣ ਲਾ, ਇਹਨੂੰ ਵਿੱਕੀ ਵੀ ਬੰਦਾ ਨਹੀਂ ਲੱਗਦਾ, ਇਹਨੂੰ ਮੈਂ ਵੀ ਬੰਦਾ ਨਹੀਂ ਲੱਗਦਾ। ਉਹ ਨਹੀਂ ਭਾਈ ਆ, ਉਹ ਗੱਲ ਨਹੀਂ ਆ, ਤੁਸੀਂ ਐਵੇਂ ਗੱਲ ਨੂੰ ਦੂਜੇ ਪਾਸੇ ਨਾ ਖੜੋ। ਬਸ ਮੈਨੂੰ ਤਾਂ ਇਹ ਆ ਕਿ ਯਾਰ ਬੰਦਾ ਜਿਹੜੀ ਗੱਲ ਕਰਨੀ ਆ ਤਾਂ ਤਰੀਕੇ ਦੇ ਨਾਲ ਕਰੇ, ਹੋਰ ਮੈਨੂੰ ਉਹਦੇ ਨਾਲ ਕਾਹਦੀ ਨਾਰਾਜ਼ਗੀ ਆ। ਚੱਲ ਜੇ ਤੂੰ ਤਰੀਕੇ ਨਾਲ ਆਉਣਾ ਵਾ ਨਾ, ਮੈਂ ਤੈਨੂੰ ਤਰੀਕੇ ਨਾਲ ਪੁੱਛ ਲੈਂਦਾ, ਜੇ ਤੂੰ ਨਹੀਂ ਮਿਲਣਾ ਨਾ ਮਿਲ, ਪਰ ਭਾਬੀ ਦਾ ਕੀ ਕਸੂਰ ਆ, ਉਹਨੂੰ ਤਾਂ ਮਿਲ ਲੈਂਦੇ। ਬੱਲੇ ਭਾਈ ਆ, ਹੈਂ ਇਹ ਮਿਲੇ ਤਾਂ ਫਿਰ ਮੇਰੇ ਪੱਲੇ ਕੀ ਰਹਿ ਗਿਆ, ਮੇਰੀ ਕੀ ਇੱਜ਼ਤ ਰਹਿ ਗਈ? ਉਹ ਇਹਨੇ ਮਿਲਣਾ ਵਰਤਣਾ ਸ਼ੁਰੂ ਕਰ ਦਿੱਤਾ, ਇਹਦਾ ਤਾਂ ਉੱਲੂ ਸਿੱਧਾ ਹੋ ਗਿਆ, ਅਤੇ ਮੇਰਾ? ਅਤੇ ਤੈਨੂੰ ਕਿਹਨੇ ਰੋਕਿਆ, ਤੂੰ ਵੀ ਮਿਲ ਵਰਤ, ਤੂੰ ਤਾਂ ਐਵੇਂ ਬਸ ਜਿੱਦ ਫੜ ਕੇ ਬਹਿ ਗਿਆ ਵੀ ਮਾਫ਼ੀ ਮੰਗਾਉਣੀ, ਮੈਂ ਮਾਫ਼ੀ ਮੰਗਾਉਣੀ। ਭਲਾ ਕੋਈ ਆਪਣੇ ਭੈਣ ਭਰਾਵਾਂ ਕੋਈ ਮਾਫ਼ੀ ਮੰਗਾਉਂਦਾ ਵੇਖਿਆ ਹੀ? ਭਈਆ ਇਸ ਗੱਲ ਦਾ ਨਹੀਂ ਮੈਨੂੰ ਪਤਾ, ਪਰ ਜੇ ਇਹਨੇ ਉਹਨਾਂ ਨੂੰ ਮਿਲਣਾ ਨਾ ਤਾਂ ਜਿੱਦਾਂ ਮੇਰੇ ਘਰ ਬੇਇੱਜ਼ਤੀ ਕਰਕੇ ਗਏ ਸੀ, ਇੱਕ ਵਾਰੀ ਇੱਥੇ ਆਣ ਕੇ ਮਾਫ਼ੀ ਮੰਗ ਜਾਣ ਤਾਂ ਇਹ ਜੀ ਸਦਕੇ ਉਹਨਾਂ ਨੂੰ ਮਿਲੇ। ਜੇ ਤੂੰ ਸਾਡੀ ਮੰਨਣੀ ਨਹੀਂ ਫਿਰ ਸਾਡਾ ਇੱਥੇ ਆਇਆਂ ਦਾ ਕੀ ਮੁੱਲ ਹੋਇਆ? ਮੈਨੂੰ ਇਹ ਗੱਲ ਦੱਸ, ਜੇ ਮੈਂ ਕੱਲ੍ਹ ਨੂੰ ਤੈਨੂੰ ਤੇਰੀ ਭੈਣ ਨੂੰ ਨਾ ਮਿਲਣ ਦੇਵਾਂ ਤਾਂ ਫਿਰ? ਨਹੀਂ ਇੱਦਾਂ ਕਿੱਦਾਂ ਨਾ ਮਿਲਣ ਦਓਗੇ, ਕੋਈ ਕਸੂਰ ਕੀਤਾ, ਕੋਈ ਧੱਕਾ ਵਾ, ਨਾ ਕੋਈ ਉਹਨੇ ਗਲਤੀ ਕੀਤੀ ਨਾ ਮੈਂ, ਇੱਦਾਂ ਕਿੱਦਾਂ ਰੋਕ ਲਓਗੇ ਤੁਸੀਂ ਬਈ? ਅੱਛਾ ਜੀ ਹਾਂ ਗੱਲ ਆ ਨਾ, ਜਾਂ ਨਹੀਂ ਮਿਲ ਦਿੰਦਾ ਕੀ ਕਰ ਲੇਗਾ? ਨਹੀਂ ਇੱਦਾਂ ਕਿੱਦਾਂ ਨਾ ਮਿਲਣ ਦਓਗੇ, ਹੈਂ ਆਹ ਕੀ ਗੱਲ ਹੋਈ ਵੀ ਮਿਲਣ ਨਹੀਂ ਦੇਣਾ? ਹੈ ਤੈਨੂੰ ਖੂਨ ਦਾ ਪਤਾ ਕਿੱਦਾਂ ਕੂਣਾ ਕਿਸੇ ਨਾ? ਖੂਨ ਦਾ ਨਹੀਂ ਪਤਾ, ਕੀ ਮੈਂ ਮਾੜਾ ਕਹਿ ਤਾ? ਦੱਸ ਕਰੋ ਵੇਖਿਆ ਨਹੀਂ ਕਿੱਦਾਂ ਭੌਂਕਣ ਡਿਆ? ਚੱਲ ਨਹੀਂ ਚੱਲੀਏ, ਇੱਥੇ ਬੇਇੱਜ਼ਤੀ ਕਰਾਉਣ ਨਹੀਂ ਆਏ।
ਚੱਲ ਪਰਾਂ ਆਈ ਵੱਡੀ ਫੈਸਲੇ ਕਰਾਉਣ ਵਾਲੀ ਜ਼ਬਾਨ ਨਹੀਂ ਵੇਖੀ ਉਹਦੀ ਗੱਟਿਆਂ ਤੱਕ ਪੈਣ ਡਈ ਆ ਕੱਲ ਨੂੰ ਇਸੇ ਜ਼ਮਾਨੇ ਨੇ ਮੈਨੂੰ ਆਖਣਾ ਕਿ ਸਾਡੇ ਕੋਲ ਮਾਫੀ ਮੰਗ ਤੇ ਮੇਰੀ ਮੰਗਦੀ ਹੈ ਜੁੱਤੀ ਤੈਨੂੰ ਤੇ ਕਿਸੇ ਘਰ ਆਏ ਦਾ ਲਓ ਲਿਆ ਜੇ ਹੈ ਨਹੀਂ ਹੈ ਹੁਣ ਤੂੰ ਦੱਸ ਜਾਣਾ ਮੇਰੇ ਨਾਲ ਕਿ ਜਾਂ ਇੱਥੇ ਰਹਿਣਾ ਜੂ ਦੱਸ ਜਾਣਾ ਕਿਉਂ ਨਹੀਂ ਆ ਜੇ ਤੁਹਾਡੇ ਨਾਲ ਆਈ ਆ ਤਾਂ ਤੁਹਾਡੇ ਨਾਲ ਹੀ ਜਾਵਾਂਗੀ ਪਰ ਤੂੰ ਇਹ ਸੋਚ ਲਾ ਅੱਜ ਤੋਂ ਬਾਅਦ ਮੈਂ ਤੈਨੂੰ ਇਹ ਘਰ 'ਚ ਪੈਰ ਨਹੀਂ ਪਾਉਣ ਦੇਣਾ ਨਾ ਇਦਾਂ ਕਿੱਦਾਂ ਨਹੀਂ ਆਉਣ ਦੇਣਾ ਵਿਆਹੀ ਆ ਵੇਚੀ ਨਹੀਂ ਆਉਣ ਨਹੀਂ ਦੇਣਾ ਤੇ ਐਸੇ ਗੱਲ ਤੇ ਆ ਆਪਣੀ ਪੀੜੀ ਥੱਲੇ ਸੋਟਾ ਮਾਰ ਚੰਗਾ ਇੱਧਰ ਵੀ ਆ ਵੇਚੀ ਨਹੀਂ ਆ ਤੂੰ ਕਿੱਦਾਂ ਕੰਟਰੋਲ ਕਰਦਾ ਉਹਨੂੰ ਹਾਂ ਪੁੱਤ ਕੀ ਹੋਣੇ ਮੈਨੂੰ ਭਿੜੀ ਜਾਣ ਦੇ ਜੇ ਇੱਦਾਂ ਨਾ ਕਰੋ ਚਵਾਈ ਭਾਈ ਆ ਪੁੱਤ ਏਦਾਂ ਉੱਚੀ ਬੋਲਦੇ ਚੰਗੇ ਨਹੀਂ ਲੱਗੀਦਾ ਆਹੋ ਪੁੱਤ ਬਹਿ ਕੇ ਚਾਹ ਪਾਣੀ ਨਾਲ ਪੀਏ ਤੇ ਨਾਲੇ ਗੱਲਬਾਤ ਕਰੀਏ ਠੰਡੇ ਦਿਮਾਗ ਦੇ ਨਾਲ ਨਹੀਂ ਮੰਮੀ ਬਸ ਪਿਆਲ ਦਿੱਤਾ ਤੇਰੇ ਪੁੱਤ ਨੇ ਚਾਹ ਪਾਣੀ ਤੇ ਤੂੰ ਦੱਸ ਤੁਰਦੀ ਨਹੀਂ ਖਲੋ ਰਹੀ ਆ ਜਾਣਾ ਕਿ ਰਹਿਣਾ ਹੀ ਹੋ ਨਹੀਂ ਨਹੀਂ ਚਲੋ ਮੈਂ ਤੁਹਾਡੇ ਨਾਲ ਹੀ ਚੱਲ ਫਿਰ ਉਹ ਅੱਗੇ ਹਾਏ ਪਾਣੀ ਧਾਣੀ ਤੇ ਪੀ ਲੈ ਨਹੀਂ ਬਸ ਬੜਾ ਨਾ ਕਰੋ ਏਦਾਂ ਨਾ ਨਹੀਂ ਮੰਮੀ ਜਾਣ ਦੋ ਹਾਨੂੰ ਜਾਣ ਦੋ ਸਾਰੇ ਪਹਾੜੇ ਦੀ ਜੜ ਤੂੰ ਆ ਹੁਣ ਤੇ ਕਦੀ ਵੀ ਨਹੀਂ ਮਿਲਣ ਦੇਣਾ ਮੈਂ ਤੈਨੂੰ ਮਰਨੀ ਮਰ ਜਾਗਾ ਪਰ ਤੈਨੂੰ ਹੁਣ ਮੈਂ ਕਦੀ ਮੱਥੇ ਨਾ ਲੱਗਣ ਦਊਂਗਾ ਉਹਨਾਂ ਦੇ ਠੀਕ ਆ ਕੋਈ ਨੀ ਜੇ ਮੇਰੇ ਨਾਲ ਇਹ ਕੁਛ ਕਰਨ ਡਿਆ ਨਾ ਤੇ ਰੱਬ ਨੇ ਤੁਹਾਡੇ ਨਾਲ ਵੀ ਇਹ ਕੁਛ ਕਰ ਦਿੱਤਾ ਜੇ ਹੁਣ ਤੁਸੀਂ ਵੀ ਤਰਸੋਗੇ ਆਪਣੀ ਭੈਣ ਨੂੰ ਮਿਲਣ ਵਾਸਤੇ ਆ ਮੇਰੀ ਬਦੂਆ ਤੇ ਮੇਰੀ ਹਾਇ ਤੁਹਾਨੂੰ ਲੱਗੀ ਓ ਚੰਗੀ ਹੀ ਸੁਲਾਹ ਕਰਾਉਣ ਗਏ ਉਹਨਾਂ ਦੀ ਮੈਨੂੰ ਲੱਗਦਾ ਸਾਡਾ ਆਪੋ ਜੀ ਵਿਗਾੜ ਪਾਏਗਾ ਚਲੋ ਕੋਈ ਨੀ ਜੇ ਕੁੜੀ ਚ ਸਿਰ ਦੇ ਹੀ ਲਿਆ ਤਾਂ ਫਿਰ ਮੋਲਾਂ ਦਾ ਕੀ ਡਰ ਜੋ ਹੋਏਗੀ ਵੇਖੀ ਜਾਏਗੀ ਫਿਰ ਅੱਛਾ ਇਹ ਦੱਸ ਜਿਹੜਾ ਉੱਥੇ ਹੀ ਫੈਸਲਾ ਕਰ ਆਏ ਆ ਨਿਭਾਲੇਗੀ ਨਾ ਕੋਈ ਨੀ ਫਿਕਰ ਕਿਉਂ ਕਰਦੇ ਹੋ ਮੈਂ ਨਾਲ ਹੀ ਹਾਂ ਤੁਹਾਡੇ ਤੂੰ ਨਾ ਦੂਜੇ ਕਿਤੇ ਆਖੇ ਮੈਂ ਮਾਂ ਨੂੰ ਮਿਲਣ ਜਾਣਾ ਵਾ